ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਵੈਲਕਮ ਬੈਕ ਟੂ ਮਾਈ ਬਲੌਗ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੇ ਹਾਂ ਵਧੀਆ ਹੋਣਗੇ ਮੇਰੇ ਮਗਰ ਮਗਰ ਬੋਲਦਾ ਜੋ ਮੈਂ ਬੋਲਦੀ ਹਾਂ ਹੁਣ ਅਸੀਂ ਆ ਗਏ ਹਾਂ ਬਾਹਰ ਅਤੇ ਬਾਹਰ ਧੁੱਪ ਬਹੁਤ ਵਧੀਆ ਆ ਪਰ ਅੱਖਾਂ ਨਹੀਂ ਖੁੱਲਦੀਆਂ ਹੈਗੀਆਂ ਅਤੇ ਜੋਰਡਨ ਸਾਹਿਬ ਜੀ ਵੀ ਆ ਗਏ ਆ ਅਤੇ ਅੱਜ ਕੱਲ੍ਹ ਇਹ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬੁਲਾਉਂਦਾ ਆ ਅਤੇ ਤੁਸੀਂ ਦੇਖਿਆ ਹੀ ਆ ਬਲੌਗ ਦੀ ਸ਼ੁਰੂਆਤ ਵਿੱਚ ਜੋਰਡਨ ਨੇ ਸਤਿ ਸ਼੍ਰੀ ਅਕਾਲ ਬੁਲਾਈ ਸਾਰਿਆਂ ਨੂੰ ਅਤੇ ਹੁਣ ਉਹਦੀ ਕੋਸ਼ਿਸ਼ ਹੁੰਦੀ ਆ ਵੀ ਉਹ ਗੱਲਾਂ ਕਰੇ ਸੋਹਣੀਆਂ ਸੋਹਣੀਆਂ ਓ ਵਾਹ ਦੇਖੋ ਸਾਡੀਆਂ ਚਿੜੀਆਂ ਉੜਨ ਦੇ ਲਈ ਰੈਡੀ ਆ ਹਾਏ ਨਿੱਕੀਆਂ ਨਿੱਕੀਆਂ ਸੀਗੀਆਂ ਐਕਚੁਲੀ ਦੇਖੋ ਇਹ ਕਿੰਨੀਆਂ ਪਿਆਰੀਆਂ ਆ ਚਿੜੀਆਂ ਦਾ ਜੋੜਾ ਓਏ ਓ ਇੱਕ ਤਾਂ ਉੜ ਗਈ ਓ ਤੂੰ ਵੀ ਉੜ ਜਾਣਾ ਤੇ ਅਸੀਂ ਤੁਹਾਨੂੰ ਮਿਸ ਕਰਨਾ ਓ ਇੱਕ ਚਿੜੀ ਦੀ ਵੀ ਉੜ ਗਈ ਉਹ ਡਰ ਕੇ ਦੌੜ ਗਈ ਆ ਓ ਓ ਨੋ ਸਾਡਾ ਵੇਰ ਕਹਿੰਦਾ ਮਿਸ ਟੈਮ ਹਾਂ ਰੂਫ ਤੇ ਚੜ ਗਈ ਕਿੱਥੇ ਸਾਡਾ ਆਲਣਾ ਹੋ ਗਿਆ ਖਾਲੀ ਰੋਜ਼ ਚੈੱਕ ਕਰੀਦਾ ਸੀਗਾ ਚਲੋ ਕੋਈ ਨਹੀਂ ਪਰ ਉਹਨੇ ਇੰਨੇ ਦਿਨ ਸਾਡੇ ਨਾਲ ਸਪੈਂਡ ਕੀਤੇ ਬਹੁਤ ਵਧੀਆ ਲੱਗਾ ਮੈਨੂੰ ਲੱਗਦਾ ਉਹ ਸਿੱਖਣਾ ਹੀ ਚਾਹੁੰਦੀਆਂ ਸੀਗੀਆਂ ਉੜਨਾ ਅਤੇ ਡਰ ਦੇ ਮਾਰੇ ਉੱਡਦੀਆਂ ਨਹੀਂ ਸੀ ਸਾਨੂੰ ਦੇਖ ਕੇ ਉੜ ਗਈਆਂ ਕਿ ਅੱਜ ਅਸੀਂ ਲੱਗੇ ਹਾਂ ਚੁੱਲ੍ਹੇ 'ਤੇ ਸਬਜ਼ੀ ਬਣਾਉਣ ਕੀ ਬਣਾਉਣ ਲੱਗੇ ਹਾਂ ਉਹ ਬਣਾਉਣ ਲੱਗੇ ਅਸੀਂ ਦਿੱਪਤੀ ਦੀ ਫੇਵਰੇਟ ਸਾਰਿਆਂ ਦੀ ਫੇਵਰੇਟ ਕੜੀ ਚੌਲ ਅਤੇ ਅਸੀਂ ਉਹ ਬਣਾਉਂਗੇ ਚੁੱਲ੍ਹੇ 'ਤੇ ਅੱਜ ਅਤੇ ਹੁਣ ਮੈਂ ਤਿਆਰੀ ਕਰਨੀ ਹਾਂ ਓ ਨਾਲ ਇਹੋ ਕਰੀ ਜਾਂਦਾ ਨਾਲ ਤੂੰ ਟੱਚ ਕਰੀ ਜਾਂਦਾ ਹਾਂ ਇਹੋ ਨਹੀਂ ਹੁੰਦਾ ਇਹ ਹਾਂ ਮੱਡ ਹੀ ਆ ਬੱਚਾ ਆਪਣੀ ਗੱਡੀ ਆ ਲੱਗੀ ਸੀ ਉਹ ਸੁੱਕ ਗਈ ਆ ਅੱਗੇ ਬਾਲਣੀ ਹਲੇ ਬਾਕੀ ਆ ਅਤੇ ਇੱਧਰ ਮੈਂ ਖੜੇ ਮਸਾਲੇ ਲੈ ਆਉਂਦੇ ਆ ਸਾਰਾ ਕੁਛ ਮੈਂ ਪੀਸ ਕੇ ਲੈ ਆਉਂਦਾ ਆ ਅਦਰਕ ਲਸਣ ਗੰਢੇ ਅਤੇ ਟਮਾਟਰ ਜਿਹੜਾ ਵਿੱਚ ਸਾਰਾ ਪੀਸ ਲਿਆ ਆ ਅਤੇ ਆ ਲੱਸੀ ਦਹੀਂ ਅਤੇ ਦਹੀਂ ਅਤੇ ਲੱਸੀ ਦੋਨੇ ਮਿਕਸ ਕਰਕੇ ਨਾ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਲੂਣ ਮਿਰਚ ਮੈਂ ਐਡ ਕੀਤਾ ਆ ਅਤੇ ਚਲੋ ਜੀ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਤਾਂ ਵੀ ਹੁਣ ਆਪਣੀ ਅੱਗ ਜਿਹੜੀ ਆ ਮੱਗ ਗਈ ਆ ਅਤੇ ਮੈਂ ਲੱਗੀ ਹਾਂ ਤੜਕਾ ਲਾਉਣ ਕਿਉਂਕਿ ਨਿਆਣਿਆਂ ਨੂੰ ਲੱਗੀ ਆ ਭੁੱਖ ਅਤੇ ਵੇਟ ਕਰਦੇ ਹਾਂ ਵੀ ਕਦੋਂ ਕੜੀ ਚੌਲ ਬਣਨ ਅਤੇ ਕਦੋਂ ਖਾਧੇ ਜਾਣ ਅਤੇ ਚਲੋ ਜੀ ਅੱਗ ਆਪਣੀ ਕਾਫੀ ਹੁਣ ਮੱਗ ਗਈ ਆ ਅਤੇ ਕੜਾਹੀ ਹੈਗੀ ਵੱਡੀ ਤਾਂ ਛੇਤੀ ਰੱਜ ਜਾਣੀ ਆ ਕੜੀ ਤਾਂ ਇਹਦੇ ਵਿੱਚ ਆਪਾਂ ਪਾਉਂਗੇ ਮਸਾਲੇ ਆ ਮੈਂ ਖੜਾ ਧਨੀਆ ਪਾਉਂਦੀ ਹੁੰਦੀ ਹਾਂ ਸਾਬਤ ਧਨੀਆ ਬਹੁਤ ਵਧੀਆ ਲੱਗਦਾ ਪਾਇਆ ਪਿਛਲੀ ਵਾਰ ਜਿਹੜੀ ਮੈਂ ਸਾਗ ਬਣਾਇਆ ਸੀ ਚੁੱਲ੍ਹੇ 'ਤੇ ਉਹ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਅਤੇ ਇਸ ਕਰਕੇ ਆਪਾਂ ਅੱਜ ਇੱਕ ਹੋਰ ਵੀਡੀਓ ਬਣਾ ਰਹੇ ਹਾਂ ਚੁੱਲ੍ਹੇ 'ਤੇ ਕੜੀ ਬਣਾਉਂਦੇ ਹਾਂ ਕਿਉਂਕਿ ਕੜੀ ਸਾਰਿਆਂ ਦੀ ਫੇਵਰੇਟ ਆ ਅੱਜ ਹਵਾ ਇੱਧਰ ਲਈ ਇਹਨਾਂ ਤਾਂ ਅੱਖਾਂ 'ਚ ਧੂੰਆਂ ਪੈਂਦਾ ਆ ਅਤੇ ਰਾਈ ਪਾਤੀ ਹੁਣ ਪਾਉਣ ਸਾਰੇ ਵਿੱਚ ਜਿਹੜਾ ਮਸਾਪਾ ਪੀਸਿਆ ਸੀ ਗੰਢੇ ਮਿਰਚੇ ਅਤੇ ਸਭ ਕੁਛ ਮਤਲਬ ਪਾ ਲਿਆ ਆਪਣਾ ਜਿਹੜਾ ਸਮਾਨ ਤਿਆਰ ਕੀਤਾ ਆ ਲੱਸੀ ਬੇਸਣ ਆਇਆ ਨਾ ਇਹਦੇ ਨਾਲ ਇਹਦੇ ਵਿੱਚ ਮੈਂ ਥੋੜ੍ਹੀ ਲੂਣ ਮਿਰਚ ਪਾਈ ਆ ਤੋੜ ਤੋੜ ਭੁੱਜ ਕੇ ਕਿੰਨਾ ਸੋਹਣਾ ਹੋ ਗਿਆ ਨਾ ਰੰਗ ਵੀ ਕਿੰਨਾ ਵਧੀਆ ਹੋ ਗਿਆ ਪਰ ਅੱਜ ਹਵਾ ਨੇ ਕੰਮ ਖਰਾਬ ਕੀਤਾ ਆਇਆ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਪਾਉਂਦੇ ਹਾਂ ਇਹਦੇ ਵਿੱਚ ਮਿਰਚਾਂ ਅਸੀਂ ਪਿੰਕ ਸਾਲਟ ਯੂਜ਼ ਕਰਦੇ ਹਾਂ ਅਤੇ ਅਸੀਂ ਪਾਉਂਗੇ ਚਾਰ ਚਮਚ ਬਹੁਤ ਆ ਜੇ ਕਿਤੇ ਲੋਟ ਪੇ ਹੋਰ ਪਾ ਲਉਂਗੇ ਬਾਅਦ 'ਚ ਐਡ ਕਰ ਲਉਂਗੇ
मैं इदा लगता जिदा लंगर के मैं ना सेवा कर दी हूँ इदा की फीलिंग आ रही है। थोड़ा चिर पानी जरा है ना वो रिज जाए तो फिर आप पौधे अपना जो मटीरियल तैयार किया कड़ी का वह पाऊंगे। बह जाओ भाई आप लगे पान आए कड़ी का रंग भी देखो कितना वधिया हाल तो रिजनी है। हम आप चेक कर लीए भी कड़ी होर ना उबल जाए रंग देखो कितना वधिया हुण होर रंग बदल गया हुण संघनी हो जाती है हौली हौली। हुण आपां ना कड़ी नूं लगे आ खीच तड़का लाउण जिन्ना कड़ी का रंग बदल जाता ना लाल जिहा हो जाता है तो आपां इहदे विच आ सुक्की मेथी है मैं बाद च पाउणी आ इहदे विच तो इस कड़ाई आपां पकौड़े बनाउणे आ तो इहदे थोड़ा जिहा पा लैंदे आपां तेल तो इहदे विच आपां राई ते मिर्चा पाउंगे। इधर हैगे अपने कोले तो थोड़ा चिर इधर फड़ी रखते हैं अपनी कढ़ी बन गई है तो हुण उन्हूं मैं लगी हाँ लगाउण तड़का तो आदे मेरा तेल हो गया गर्म देखो भी अपना तेल हो गया गर्म हुण मैं लगी हाँ इहदे राई पाउण देखो आवाज़ सुनियो तुसीं आ हा 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 पाउंगे कस्तूरी मिर्च देखो कड़ी का रंग बदल गया ना हम अपनी कड़ी तो बाद अपा लगे अरेजमेंट कर पकौड़िया का समान रेडी आ तो इधर आप कड़ाई चाड़ दिती पाने तेल इधर रखी आप इधर अपनी कड़ी आदि आप आलू गंढे तो पालक के पकौड़े बनाऊंगे कड़ी के लिए नाले बच्चे खा भी लोगे पा समान जोड़ा सगा बेसन बूसन पा के पकौड़िया के लिए पकौड़े खाने वाला बंदा सौ गया है जोर्डन उन्हें मैं क्या पकौड़े बनने अच्छे कहता मैं स्पाइसी पकौड़े नहीं खाने मैं कोई नहीं तेरे लिए दूजे बना लूँगे। हम आप लगे हैं पकौड़े पाउण तेल च अंदर तक महक आ गया होना है पर भी महक बड़ी वधिया आ रही है पकौड़िया की साढ़े महल्ले सारे च फैल गए होनी ये पापा पकौड़े लगे हैं पौन कढ़ी दे विच लो भी अपने पकौड़े भी बन गए आ ते हुण पकौड़िया तो बाद आ गई है बारी चाह दी ते चाह पत्ती सारा कुछ अदरक पा लिया इहदे विच जोर्डन भी उठ गया आ हुण ते ओह भी लगा बाहर हुण ते पकौड़े बनदे सी ओह बाहू जी सौण चल गए सीगे ते हुण छू चक्की आउंदा ओए आ जा अपनी चाह रेडी हो चली आ ते आपां चाह दी चाढ़न लगे फेंटी देखो इहदा फेंट फेंट के आपां चाह पीणी फेंटी दे के आपां फिर चाह पिलाउणी सारिआं नूं चाह दी फेंटी चाढ़नी आहा रंग देखो किन्ना वधिया चाह दा इह जे ना उह जिहड़ा मिट्टी दा भांडा हुंदा उहदे विच पा के पीए चाह ते सवाद आ जावे हाँ कुझे।
ਤੇ ਚੜਨ ਬਾਉ ਜੀ ਆ ਗਏ ਪਕੌੜੇ ਲੈਣ। ਚਵਾ ਦੇ ਪਕੌੜੇ ਜੋਨੇ ਕੀ ਪਕੌੜੇ ਲੈਣੇ। ਓਹੋ ਭਾਬੀ ਆਪਣੀ ਚਾਹ ਹੋ ਗਈ ਹੈ ਰੈਡੀ, ਆਪਾਂ ਚਾਹ ਲੱਗੇ ਹਾਂ ਪੀਣ। ਹਾਂਜੀ ਅਸੀਂ ਅੱਜ ਲੱਗੇ ਹਾਂ ਆਪਣੇ ਮਟਰਾਂ ਦੀ ਹਾਰਵੈਸਟਿੰਗ ਕਰਨ, ਅਤੇ ਅੰਕਿਤਾ ਮੈਨੂੰ ਕਹਿ ਗਈ ਆ ਵੀ ਤੂੰ ਮੰਮਾ ਮਟਰ ਤੋੜ ਲਾ। ਅੰਕਿਤਾ ਆ ਜਾ ਹੈਲਪ ਕਰਾ ਮੰਮਾ ਦੀ। ਭਾਬੀ ਹੁਣ ਆਹਦੇ ਨਾ ਹਲੇ ਵੀ ਫੁੱਲ ਦੇਖੋ ਕਿੰਨੇ ਅਣਗਿਣਤ ਫੁੱਲ ਲੱਗੇ ਆ, ਅਤੇ ਇਹਦੇ ਵਿੱਚ ਮਟਰ ਲੱਗੇ ਆ ਸਾਰੇ, ਤਾਂ ਆਹਦੇ ਆਪਾਂ ਹੁਣ ਤੋੜਦੇ ਹਾਂ ਕਿਉਂਕਿ ਦਾਣੇ ਇਹਨਾਂ ਦੇ ਵਿੱਚ ਬਹੁਤ ਵਧੀਆ ਪਏ। ਮੈਂ ਪਿਛਲੀ ਵਾਰ ਖਾ ਕੇ ਵੀ ਤੁਹਾਨੂੰ ਦਿਖਾਇਆ ਸੀਗੇ, ਤਾਂ ਦਾਣੇ ਇਹਦੇ ਵਿੱਚ ਮੋਟੇ ਮੋਟੇ ਪਏ ਆ, ਅਤੇ ਇਹਨਾਂ ਦੀ ਆਪਾਂ ਬਣਾਉਂਗੇ ਸਬਜ਼ੀ। ਅਤੇ ਇੱਧਰਲੇ ਪਾਸੇ ਜ਼ਿਆਦਾ ਦਾਣੇ ਲੱਗੇ ਆ ਮਟਰਾਂ ਦੀਆਂ ਫਲੀਆਂ। ਅੰਕੂ ਹੈਲਪ ਕਰਾਉਂਦਾ ਮੰਮਾ ਦੀ। ਲਓ ਜੀ ਇੰਨੇ ਮਟਰ, ਅੰਕੂ ਦੇਖੋ ਤਾਂ ਕਿੰਨੇ ਇੰਨੇ ਮਟਰ ਹੋ ਗਏ ਆ, ਹਾਲੇ ਮੈਂ ਹੋਰ ਤੋੜਨੇ ਆ। ਆਪਾਂ ਮਟਰਾਂ ਦੀ ਹਾਰਵੈਸਟਿੰਗ ਕਰ ਲਈ ਆ, ਅਤੇ ਮਟਰ ਸਾਰੇ ਉਲਤ ਪੁਲਤ ਹੋ ਗਏ ਕਿਉਂਕਿ ਮੈਂ ਲੱਭ ਲੱਭ ਕੇ ਮਟਰ ਕੱਢੇ ਆ ਨਾ, ਅਤੇ ਇੰਨੇ ਮਟਰ ਨਿਕਲ ਗਏ ਆ, ਅਤੇ ਪਰ ਇੱਕ ਵਾਰ ਸਬਜ਼ੀ ਬਣਾਉਣ ਜੋਗੇ ਨਿਕਲ ਗਏ ਆ, ਅਤੇ ਮੋਟੇ ਮੋਟੇ ਦਾਣੇ ਆ ਵਿੱਚ। ਅਤੇ ਆਹ ਵੀ ਕਈ ਹੈਗੇ ਆ ਹੁਣ ਜਿੱਦਾਂ ਦਿਸਦੇ ਆ, ਇਹਨਾਂ ਵਿੱਚ ਪੂਰੇ ਦਾਣੇ ਹਲੇ ਬਣੇ ਨਹੀਂ ਗੇ, ਛੋਟੇ ਛੋਟੇ ਆ, ਤਾਂ ਇਹ ਆਪਾਂ ਰਹਿਣ ਦਿੱਤੇ ਅਗਲੀ ਵਾਰ ਦੇ ਲਈ। ਤਾਂ ਆਈ ਥਿੰਕ ਇੱਕ ਵਾਰ ਹੋਰ ਆਪਾਂ ਮਟਰ ਇਹਦੇ ਉੱਤੇ ਤੋੜੂੰਗੇ, ਤਾਂ ਫਿਰ ਆਪਾਂ ਇਸ ਬੂਟੇ ਨੂੰ ਪੱਟ ਦੇਣਾ ਆ ਕਿਉਂਕਿ ਇਹ ਥੱਲਿਓ ਸਾਰਾ ਸੁੱਕਣਾ ਸ਼ੁਰੂ ਹੋ ਗਿਆ ਆ, ਅਤੇ ਉੱਪਰ ਉੱਪਰ ਫੁੱਲ ਲੱਗੀ ਜਾਂਦੇ ਆ। ਇਹਨਾਂ ਦੇ ਲਈ ਨਾ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲੀ, ਮੈਂ ਤਾਂ ਸਿਰਫ ਟਰਾਈ ਕੀਤੇ ਸੀਗੇ ਵੀ ਇੱਥੇ ਲਾ ਕੇ ਦੇਖਦੇ ਹਾਂ, ਅਤੇ ਫਿਰ ਵੀ ਮੈਨੂੰ ਇੰਨੇ ਮਟਰ ਮਿਲ ਗਏ ਇਹਨਾਂ ਵਿੱਚੋਂ, ਬਹੁਤ ਵੱਡੀ ਗੱਲ ਆ, ਮੈਂ ਇੰਨੇ ਵੀ ਐਕਸਪੈਕਟ ਨਹੀਂ ਸੀ ਕੀਤੇ। ਅਤੇ ਹੁਣ ਅਗਲੀ ਵਾਰ ਇਹ ਤੋਂ ਵੀ ਆਪਾਂ ਵਧੀਆ ਜਗ੍ਹਾ 'ਤੇ ਲਾਉਂਗੇ ਤਾਂ ਕਿ ਸਾਨੂੰ ਹੋਰ ਮਟਰ ਮਿਲਣ ਤਾਜ਼ੇ ਤਾਜ਼ੇ। ਖਾਓ ਤੇ ਐਸੀ ਖਾ ਲਾ, ਇਟਸ ਅ ਸਵੀਟ ਪੀਸ, ਸੁਪ ਸਾਰਾ ਮੂੰਹ 'ਚ ਪਾਓ ਜੁੱਟ, ਆਓ ਖਾਓ, ਨਮ ਨਮ ਕਰਕੇ ਖਾਓ, ਖਾ ਲਓ ਇਕੱਲਾ ਉੱਥੇ ਉਹਦੇ ਮੂੰਹ 'ਚ ਘੁਮਾਈ ਜਾਂਦਾ ਗੋਲ ਗੋਲ, ਚਿੱਤਦਾ ਹੀ ਨਹੀਂ। ਹਾਂ ਰਾਜ ਇੱਦਾਂ ਲੱਗਦਾ ਜਿੱਦਾਂ ਦੰਦ ਟੁੱਟਿਆ ਹੁੰਦਾ, ਉਹਦੇ ਮੂੰਹ 'ਚ ਘੁਮਾਈ ਜਾਂਦਾ। ਓਕੇ ਇਹ ਹੁਣ ਖਾਧਾ ਆ, ਕੜੀ ਸਾਡੀ ਸਾਰੀ ਰਿੱਝ ਗਈ ਆ, ਅਤੇ ਉਹ ਅੱਗ 'ਤੇ ਦੁਬਾਰਾ ਮੈਂ ਵਾਪਸ ਰੱਖਤੀ ਸੀਗੀ, ਅਤੇ ਉਹ ਹੌਲੀ ਹੌਲੀ ਹੈ ਨਾ ਰਿੱਝ ਕੇ ਹੋਰ ਵੀ ਵਧੀਆ ਦੇਖਣ ਨੂੰ ਲੱਗਣ ਲੱਗ ਪਈ ਆ। ਅਤੇ ਸ਼ਾਮ ਨੂੰ ਬਣਾਉਂਗੇ ਚੌਲ ਉਹਦੇ ਨਾਲ, ਅਤੇ ਚੌਲ ਬਣਾ ਕੇ ਫਿਰ ਆਪਾਂ ਖਾਊਂਗੇ। ਅਤੇ ਅੱਜ ਦਾ ਸੀ ਇਹ ਮੇਰਾ ਬਲੌਗ, ਅਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ, ਅਤੇ ਮੈਨੂੰ ਦੱਸੇ ਤੁਹਾਨੂੰ ਇਹ ਵੀ ਵੀਡੀਓ ਕਿੱਦਾਂ ਦੀ ਲੱਗੀ।